हां जी दोस्त की हालचाल है सो एक बार फिर तो ਸਾਡੇ YouTube ਚੈਨਲ Inder Internet Cafe ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ PNR ਤੇ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਸੰਬੰਧੀ ਜਾਰੀ ਕੀਤੇ ਗਏ ਅਫੀਸ਼ੀਅਲ ਪਬਲਿਕ ਨੋਟਿਸ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਐਸ ਨੋਟੀਫਿਕੇਸ਼ਨ ਅਧੀਨ ਕੰਨੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹਨ ਕੁਆਲਿਫਿਕੇਸ਼ਨ ਯੋਗਤਾ ਏਜ਼ ਅ ਲਿਮਟ ਇਹਨਾਂ ਪੋਸਟਾਂ ਲਈ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਅਤੇ ਇੰਟਰਵਿਊ ਡੇਟ ਦੀ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਮੇਰੇ ਤੋਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨਤਾਰਨ ਵੱਲੋਂ ਪੀਐਨ ਅਤੇ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਨੂੰ ਭਰਨ ਲਈ ਇਹ ਅਫੀਸ਼ੀਅਲ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਐਸੋ ਨੋਟੀਫਿਕੇਸ਼ਨ ਅਧੀਨ ਜੇਕਰ ਪੀਐਨ ਦੀਆਂ ਪੋਸਟਾਂ ਦੀ ਗੱਲ ਕੀਤੀ ਆਵੇ ਤਾਂ ਪੀਐਨ ਦੀਆਂ ਕੋਲ 7 ਪੋਸਟਾਂ ਲਈ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸੋ ਪੀਐਨ ਦੀਆਂ ਇਹਨਾਂ ਕੋਲ 7 ਪੋਸਟਾਂ ਵਿੱਚ ਜਨਰਲ ਕੈਟਾਗਰੀ ਦੀਆਂ 4, ਬੀਸੀ ਕੈਟਾਗਰੀ ਦੀ 1 ਅਤੇ ਐਸਸੀ ਦੀਆਂ 2 ਪੋਸਟਾਂ ਰਿਜ਼ਰਵ ਰਹਿਣਗੀਆਂ। ਜਦਕਿ ਇਹਨਾਂ ਪੋਸਟਾਂ ਲਈ ਜਿਹੜੇ ਵੀ ਕੈਂਡੀਡੇਟ 8ਵੀਂ ਪਾਸ ਕਰ ਚੁੱਕੇ ਹਨ ਤੇ 8ਵੀਂ ਕਲਾਸ ਤੱਕ ਪੰਜਾਬੀ ਸਬਜੈਕਟ ਪੜ ਚੁੱਕੇ ਹਨ ਉਹ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਦਕਿ ਏਜ ਲਿਮਟ 18 ਤੋਂ 35 ਸਾਲ ਰਹੇਗੀ ਇਸੇ ਤਰ੍ਹਾਂ ਦੋਸਤੋ ਪ੍ਰੋਸੈਸਰ ਵਰਦੀਆਂ ਕੁੱਲ ਦੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਵਿੱਚ ਜਰਨਲ ਅਤੇ BC ਕੈਟਾਗਰੀ ਲਈ ਇੱਕ-ਇੱਕ ਪੋਸਟ ਰਜਰਬ ਰੱਖੀ ਗਈ ਹੈ ਸੋ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਲਈ 10ਵੀਂ ਪਾਸ ਅਤੇ ਪੰਜਾਬੀ ਸਬਜੈਕਟ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਏਜ ਲਿਮਟ 18 ਤੋਂ 35 ਸਾਲ ਹੀ ਰਹੇਗੀ ਜਦਕਿ ਏਜ ਵਿੱਚ ਛੋਟ ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ ਸੋ ਇਹਨਾਂ ਨੂੰ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਆਓ ਦੇਖ ਲੈਂਦੇ ਹਾਂ ਸੋ ਸਭ ਤੋਂ ਪਹਿਲਾਂ ਕੈਂਡੀਡੇਟ ਡਿਸਟ੍ਰਿਕਟ ਕੋਰਟ ਤਰੰਤਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਸ ਫਾਰਮ ਨੂੰ ਡਾਊਨਲੋਡ ਕਰਨਗੇ ਸੋ ਇਸ ਫਾਰਮ ਵਿੱਚ ਸਭ ਤੋਂ ਪਹਿਲਾਂ ਕੈਂਡੀਡੇਟ ਆਪਣਾ ਵੱਡੇ ਅੱਖਰਾਂ ਵਿੱਚ ਭਾਪ ਕੇ ਕੈਪੀਟਲ ਲੈਟਰ ਵਿੱਚ ਨਾਮ ਲਿਖਣਗੇ ਉਸ ਤੋਂ ਬਾਅਦ ਫਾ ਦੇ ਨੇ ਡੇਟ ਆਫ ਬਰਥ ਕੁਆਲੀਫਿਕੇਸ਼ਨ ਯੋਗਤਾ ਜਿਵੇਂ ਕਿ 8ਵੀਂ ਜਾਂ 10ਵੀਂ 5 ਨੰਬਰ ਤੇ ਕੈਟਾਗਰੀ ਜਿਵੇਂ ਕਿ ਐਸ ਸੀ ਬੀ ਸੀ ਜਾਂ ਜਰਨਲ 6 ਨੰਬਰ ਤੇ ਕੈਂਡੀਡੇਟ ਆਪਣਾ ਐਡਰੈਸ ਲਿਖਣਗੇ ਜਿਵੇਂ ਕਿ ਪਿੰਡ ਸ਼ਹਿਰ ਜਾਂ ਜ਼ਿਲ੍ਹੇ ਦਾ ਨਾਮ 7 ਨੰਬਰ ਤੇ ਫਿਰ ਸੇਮ ਐਡਰੈਸ ਨੈਸ਼ਨੈਟੀ ਇੰਡੀਆ ਲਿਸਟ ਆਫ ਡਾਕੂਮੈਂਟ ਵਿਚ ਕੈਂਡੀਡੇਟ ਐ ਇਸ ਫਾਰਮ ਨੂੰ ਭਰ ਤੋਂ ਬਾਅਦ ਕਿਹੜੇ ਕਿਹੜੇ ਡਾਕੂਮੈਂਟ ਨਾਲ ਅਟੈਚ ਕਰ ਰਹੇ ਹਨ ਉਹਨਾਂ ਨੂੰ ਇੱਥੇ ਮੈਂਸ਼ਨ ਕਰਨਾ ਹੋਵੇਗਾ ਜਿਵੇਂ ਕਿ ਆਧਾਰ ਕਾਰਡ 10ਵੀਂ ਜਾਂ 8ਵੀਂ ਦਾ ਸਰਟੀਫਿਕੇਟ ਕੈਟਾਗਰੀ ਸਰਟੀਫਿਕੇਟ ਆਦਿ 10 ਨੰਬਰ ਤੇ ਕੈਂਡੀਡੇਟ ਆਪਣਾ ਮੋਬਾਈਲ ਨੰਬਰ ਲਿਖਣਗੇ ਉਸ ਤੋਂ ਬਾਅਦ ਫੁੱਲ ਸਿਗਨੇਚਰ ਕਰਨੇ ਹੋਣਗੇ ਸੋ ਇਸ ਫਾਰਮ ਤੇ ਕੈਂਡੀਡੇਟ ਨੂੰ ਆਪਣੀ ਨਵੀਂ ਪਾਸਪੋਰਟ ਸਾਈਜ਼ ਕਲਰ ਫੋਟੋ ਪੇਸਟ ਕਰਨੀ ਹੋਵੇਗੀ। ਸੋ ਦੋਸਤੋ ਸਾਰੇ ਫਾਰਮ ਨੂੰ ਭਰਨ ਤੋਂ ਬਾਅਦ ਅਤੇ ਨਾਲ ਲੋੜੀਦੇ ਡਾਕੂਮੈਂਟ ਅਟੈਚ ਕਰਕੇ ਅਤੇ ਨਾਲ ਇੱਕ ਫੋਟੋ ਹੋਰ Envelop ਵਿੱਚ ਪਾ ਕੇ ਕੈਂਡੀਡੇਟ ਆਪਣੀਆਂ ਐਪਲੀਕੇਸ਼ਨਾਂ 22 2024 6:05 ਵਜੇ ਤੋਂ ਪਹਿਲਾਂ-ਪਹਿਲਾਂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨਤਾਰ ਵਿਖੇ ਖੁਰਦਤ ਜਾ ਕੇ ਜਾਂ ਬਾਈ ਪੋਸਟ ਆਪਣੀਆਂ ਐਪਲੀਕੇਸ਼ਨਾਂ ਦੇ ਸਕਦੇ ਹਨ ਅਤੇ ਇਸ ਦੇ ਨਾਲ ਹੀ ਐਪਲੀਕੇਸ਼ਨ ਫਾਰ ਦੀ ਪੋਸਟ ਆਫ ਪੀਐਨ ਜਾਂ ਪ੍ਰੋਸੈਸ ਸਰਵਰ ਭਾਵੇਂ ਕਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਹ ਜ਼ਰੂਰ ਮੈਂਸ਼ਨ ਕੀਤਾ ਹੋਵੇ ਸੋ ਦੋਸਤੋ ਇੰਟਰਵਿਊ ਡੇਟ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਕੈਂਡੀਡੇਟ ਪੀਐਨ ਜਾਂ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਲਈ ਇੰਟਰਵਿਊ ਡੇਟ ਇਸ ਪ੍ਰਕਾਰ ਰਹੇਗੀ ਸੋ ਜਿਹੜੇ ਵੀ ਕੈਂਡੀਡੇਟ ਪੀਐਨ ਦੀਆਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦੀ ਇੰਟਰਵਿਊ ਜਿਹੜੇ ਕੈਂਡੀਡੇਟ ਦਾ ਨਾਮ A ਤੋਂ J ਅੱਖਰ ਤੇ ਆਉਂਦਾ ਹੈ ਉਹਨਾਂ ਕੈਂਡੀਡੇਟ ਦੀ ਇੰਟਰਵਿਊ 28 ਫਰਵਰੀ 2024 ਨੂੰ K ਤੋਂ R ਨਾਮ ਵਾਲੇ ਕੈਂਡੀਡੇਟ ਦੀ ਇੰਟਰਵਿਊ 29 ਫਰਵਰੀ ਅਤੇ S ਤੋਂ Z ਨਾਮ ਵਾਲੇ ਕੈਂਡੀਡੇਟ ਦੀ ਇੰਟਰਵਿਊ 1 ਮਾਰਚ 2024 ਨੂੰ ਹੋਵੇਗੀ ਜਦਕਿ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਲਈ ਇੰਟਰਵਿਊ A ਤੋਂ J ਨਾਮ ਵਾਲੇ ਕੈਂਡੀਡੇਟ ਦੀ ਇੰਟਰਵਿਊ 5 ਮਾਰਚ ਕੇ ਤੋਂ आर ਦੀ 6 ਮਾਰਚ ਅਤੇ एस ਤੋਂ জেড ਨੇਮ ਵਾਲੇ ਕੈਂਡੀਡੇਟ ਦੀ ਇੰਟਰਵਿਊ 7 ਮਾਰਚ 2024 ਨੂੰ ਹੋਵੇਗੀ ਸੋ ਦੋਸਤੋ ਜਿਹੜੇ ਵੀ ਕੈਂਡੀਡੇਟ ਪੀਐਮ ਜਾਂ ਪ੍ਰੋਸੈਸ ਸਰਵਰ ਦੀਆਂ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ ਆਪਣੀਆਂ ਐਪਲੀਕੇਸ਼ਨਾਂ 20 ਫਰਵਰੀ 2024 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਡਿਸਟ੍ਰਿਕਟ ਕੋਰਟ ਤਰਨਤਾਰ ਵਿਖੇ ਦੇ ਸਕਦੇ ਹਨ ਤੋ ਇਹ ਪੋਸਟਾ ਗ੍ਰਾਪਰ ਡੀ ਅਧੀਨ ਭਰੀਆਂ ਜਾਣੀਆਂ ਨੇ ਸੋ ਇਨ ਆ ਪੋਸਟਾ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਕੁਐਸਚਨ ਦਾ ਆਨਸਰ ਦਿੱਤਾ ਜਾਵੇਗਾ ਅਗਲੀ ਵੀਡੀਓ ਵਿੱਚ ਇੱਕ ਨਵੇਂ ਜੋਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਗਾ